ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਬੈਕ ਟੂ ਦੀ ਨਿਊ ਵਲੌਗ। ਅੱਜ ਹੈਗਾ ਜੀ ਮੇਨ ਡੇ, ਮੇਨ ਇਵੈਂਟ। ਇੱਕ ਜਕਾਰਾ ਸਾਰੀ ਸੰਗਤ ਇਕੱਠਿਆਂ ਦਿਓ ਜੇ ਪਿਆਰ ਕਰਦੇ ਹੋ ਗੱਜ ਕੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਲੌਗ ਕਾਫੀ ਅੱਛੀ ਚੱਲ ਰਹੀ ਹੈ, ਆਈ ਐਮ ਸ਼ੋਰ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਤੁਹਾਨੂੰ ਇਹ ਵੀ ਦੱਸ ਦਈਏ ਜੀ, ਨਾਲ ਨਾਲ ਹੁਣ ਜਿਹੜਾ ਚੁਪਹਿਰਾ ਸਾਹਿਬ ਹੈ, ਜਿਹੜੇ ਸਾਰੇ ਚੁਪਚੀ ਸਾਹਿਬ, ਚੁਪਈ ਸਾਹਿਬ ਔਰ ਸੁਖਮਨੀ ਸਾਹਿਬ ਦੇ ਪਾਠਾਂ ਦਾ ਜਿਹੜਾ ਕਿ ਭੋਗ ਹੈ ਹੁਣ ਪੂਰਾ ਹੋ ਚੁੱਕਾ ਹੈ। ਹੁਣ ਜਿਹੜੇ ਸੇਵਾਦਾਰ ਹੈ ਜੀ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ, ਉਹ ਇਸ ਟਾਈਮ ਕਥਾ ਕਰ ਰਹੇ ਹੈ, ਸ਼ਬਦ ਕਰ ਰਹੇ, ਸ਼ਬਦ ਸੁਣਾ ਰਹੇ ਹੈ। ਸਾਰੀ ਸੰਗਤਾਂ ਕਾਫੀ ਆਨੰਦ ਮਾਣ ਰਹੀ ਹੈ ਜੀ। ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਗੁਰੂ ਘਰ ਲੰਗਰ। ਸੰਗਤਾਂ ਨੂੰ ਬੇਨਤੀ ਹੋਏਗੀ ਸਾਰੀ ਸੰਗਤਾਂ ਲੰਗਰ ਛੱਕ ਕੇ ਜਾਣ। ਆਪਾਂ ਤੁਹਾਨੂੰ ਦਿਖਾਵਾਂਗੇ ਜੀ ਲੰਗਰ ਵਿਚਕਾਰ ਵਿੱਚ ਕੀ ਹੈ, ਔਰ ਹੌਲੀ ਹੌਲੀ ਇਸ ਵਲੌਗ ਨੂੰ ਫਾਈਨਲੀ ਆਪਾਂ ਰੈਪ ਅਪ ਕਰਾਂਗੇ, ਖਤਮ ਕਰਾਂਗੇ। ਜੇ ਤੁਸੀਂ ਕੈਨੇਡਾ ਫੈਮਿਲੀ ਵਲੌਗ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣਾ ਜਿਹੜਾ ਸਪੋਰਟ ਹੈ ਔਰ ਆਪਣਾ ਲਵ ਹੈ ਉਹ ਜ਼ਰੂਰ ਦਿਓ, ਅਤੇ ਕੈਨੇਡਾ ਫੈਮਿਲੀ ਵਲੌਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਇਹ ਸਾਡੇ ਅਮੋਲ ਦੀ ਭਾਜੀ ਹੈਗੇ ਜੀ, ਸਾਡੇ ਵੰਡਰਫੁਲ ਯੂਟਿਊਬ ਸਬਸਕ੍ਰਾਈਬਰ ਹੂ ਕੇਮ ਆਲ ਦ ਵੇ ਫਰੋਮ ਸਕਾਰਬਰੋ ਟੂ ਜੁਆਇਨ ਦ ਚੁਪਹਿਰਾ ਸਾਹਿਬ। ਥੈਂਕ ਯੂ ਵਾਂਸ ਅਗੇਨ ਅਮੋਲ ਦੀ ਭਾਜੀ, ਰੀਲੀ ਅਪਰੀਸ਼ੀਏਟ ਇਟ। ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਜੀ। ਮੈਂ ਬੰਦਾ ਕੈਮਰੇ ਸਾਹਮਣੇ, ਬੰਦੇ ਨੇ ਆਪਣੇ ਹੱਥ ਆਪਣੇ ਆਪ ਹੱਥ ਜੁੜ ਜਾਂਦੇ ਨੇ, ਸੇਵਾ ਭਾਵਨਾ ਆਪਣੇ ਆਪ ਭਰ ਜਾਂਦੀ ਹੈ। ਸਮੋਸੇ ਮੁੱਦੇ ਅੜਿਆ ਰਹੇ ਇੰਨੀ ਗੱਲ ਸੁਣਿਆ ਸਾਰੇ ਸਮੋਸੇ ਖਾ ਗਿਆ ਤੂੰ? ਅੱਛਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜਕਾਰਾ ਵਜਾਏ ਹੋ ਜਾਏ, ਛੋਟੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ ਨੂੰ ਪਰਸੇ ਫਤਿਹ ਪਾਵੇ, ਸਤਿ ਸ੍ਰੀ ਅਕਾਲ। ਚੁਪਹਿਰਾ ਸਾਹਿਬ ਜਪਤਾਲ ਸਮਾਗਮ ਸਤਿਗੁਰਾਂ ਤਾਈਆਂ ਤੇ ਪਹੁੰਚਿਆ, ਤੇ ਸਮਾਂ ਆਪ ਜੀ ਨੂੰ ਪਤਾ ਕੁਛ ਲੇਟ ਚੱਲ ਰਿਹਾ, ਪਰ ਜਿਵੇਂ ਕਿ ਮੌਸਮ ਵੀ ਬਹੁਤ ਵਧੀਆ ਇਸ ਮੌਸਮ ਦੇ ਵਿੱਚ, ਸਾਲ ਦੇ ਵਿੱਚ ਤੁਹਾਨੂੰ ਪਤਾ ਆਪਣੇ ਕੋਲ 2 ਮਹੀਨੇ ਹੀ ਹੁੰਦੇ ਆ, ਫਿਰ ਦੁਬਾਰਾ ਉਹੀ ਮੌਸਮ ਸ਼ੁਰੂ ਹੋ ਜਾਣਾ ਕੈਨੇਡਾ ਦੇ ਵਿੱਚ। ਸੋ ਇਸ ਮੌਸਮ ਦੇ ਵਿੱਚ ਜਿੱਥੇ ਆਪਾਂ ਹੋਰ ਲਾਹੇ ਲੈਂਦੇ ਹਾਂ ਉੱਥੇ ਭਾਈ ਆਹ ਵੀ ਲਾਹਾ ਹੀ ਆ, ਜਿੰਨਾ ਸਮਾਂ ਸਾਡਾ ਮਹਾਰਾਜ ਜੀ ਦੇ ਗੁਣ ਗਾਉਂਦੇ ਬੀਤ ਜਾਏ। ਅਤੇ ਬਹੁਤ ਆਨੰਦ ਮਹਾਰਾਜ ਜੀ ਨੇ ਅੱਜ ਦੇ ਚੁਪਹਿਰਾ ਸਾਹਿਬ ਜਪਤਪ ਸਮਾਗਮਾਂ ਦੇ ਵਿੱਚ ਬਖਸ਼ਿਆ। ਸਮੁੱਚੇ ਪਰਿਵਾਰ ਦਾ ਮੈਂ ਸੰਗਤ ਵੱਲੋਂ, ਜਥੇਬੰਦੀ ਵੱਲੋਂ ਧੰਨਵਾਦ ਕਰਦਾ, ਤੇ ਪਰਿਵਾਰ ਨੇ ਜਿਹੜੀ ਅਰਦਾਸ ਲਿਖੀ ਸੀ ਉਹਦੇ ਵਿੱਚ ਬੜੀ ਪਿਆਰੀ ਵਰਡਿੰਗ ਅਰਦਾਸ ਦੇ ਐਂਡ ਵਿੱਚ ਲਿਖੀ ਸੀ ਕਿ ਜੇ ਸੇਵਾ ਕਰਦਿਆਂ, ਸੰਗਤ ਦੇ ਜੋੜੇ ਝਾੜਦਿਆਂ, ਸੰਗਤ ਦੀ ਸੇਵਾ ਵਿੱਚ ਲੱਗਿਆਂ, ਜੇ ਕਿਤੇ ਵੀ ਗਲਤੀ ਹੋ ਗਈ ਹੋਵੇ
ਤੇ ਉਹ ਅਰਦਾਸ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਲਿਖੀ ਸੀ ਕਿ ਮਹਾਰਾਜ ਕਿਰਪਾ ਕਰਿਓ, ਭੁੱਲਾਂ ਬਖਸ਼ ਲਿਓ। ਬਹੁਤ ਪਿਆਰੀ ਭਾਵਨਾ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ ਬਖਸ਼ ਕਿਰਪਾ ਕਰਨ, ਇਹ ਭਾਵਨਾ ਸਦਾ ਹੀ ਪਰਿਵਾਰ ਨੂੰ ਬਖਸ਼ੀ ਰੱਖਣ ਤੇ ਚੜ੍ਹਦੀ ਕਲਾ ਦੇ ਵਿੱਚ ਇਸ ਪਰਿਵਾਰ ਨੂੰ ਜੋੜੀ ਰੱਖਣ। ਤੇ ਜਦੋਂ ਮੈਂ ਉਹ ਪੜ੍ਹਦਾ ਪਿਆ ਸੀ ਤੇ ਮੇਰੇ ਮਨ 'ਚ ਇਹ ਵਲਵਲਾ ਬਣਦਾ ਪਿਆ ਸੀ, ਮੈਂ ਕਿਹਾ ਜਿਹੜੇ ਪਰਿਵਾਰਾਂ ਦੀ ਏਦਾਂ ਦੀ ਭਾਵਨਾ ਆ, ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਖਸ਼ਿਸ਼ਾਂ ਹੋਣਗੀਆਂ, ਅਗਲੇ ਸਾਲ ਚੁਪਹਿਰਾ ਸਾਹਿਬ ਜਾਤਾ ਸਮਾਗਮ ਫਿਰ ਹੋਣਗੇ, ਮਹਾਰਾਜ ਫਿਰ ਇੱਥੇ ਆਉਣਗੇ ਤੇ ਸੰਗਤਾਂ ਇਸੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਰੂਪ ਵਿੱਚ ਇਸ ਗ੍ਰਹਿ ਵਿੱਚ ਆਉਣਗੀਆਂ ਤੇ ਇਸ ਗ੍ਰਹਿ ਨੂੰ ਭਾਗ ਲਾਉਣਗੀਆਂ। ਸੋ ਮਹਾਰਾਜ ਜੀ ਦੀ ਬਖਸ਼ਿਸ਼ਾਂ ਦੇ ਨਾਲ ਬਹੁਤ ਕਿਰਪਾ ਜਵਾਤੀ ਹੈ। ਅੰਮ੍ਰਿਤ ਪੀਓ ਸਦਾ ਤੇਰੀ ਜੀਓ, ਅੰਮ੍ਰਿਤ ਪੀਓ ਸਦਾ ਤੇਰੀ ਜੀਓ, ਅੰਮ੍ਰਿਤ ਪੀਓ ਸਦਾ ਤੇਰੀ ਜੀਓ, ਹਰ ਸਿਮਰਨ ਅੰਮ੍ਰਿਤ ਪੀਓ ਸਦਾ ਤੇਰੀ, ਅੰਮ੍ਰਿਤ ਪੀਓ ਸਦਾ ਤੇਰੀ। ਕਥ ਕਹਾਣੀ ਤਿੰਨੀ
ਜਿਸ ਆਪ ਪ੍ਰਭ ਕਿਰਪਾ ਕਰੇ ਅਮਰ ਤੀਰਾ ਫਿਰ ਨਾ ਮੂਵਾ ਸਮੋਸੇ ਦੇ ਜਿਹੜੇ ਘਰ ਕਿਸੇ ਨੇ ਸਮੋਸੇ ਆਪਣੇ ਸਭ ਦੇ ਸਮੋਸੇ ਲੋ ਹੀ ਲੋ ਭਾਈ ਇਹ ਤਾਂ ਮੁੱਕਾ ਪੈਣ ਦੇ ਰਿਵਿਊ ਬਣ ਰਹੀ ਹੈ ਸੇਵਾ ਕਰ ਰਹੀ ਹੈ ਕਿਸੇ ਨੇ ਸਮੋਸੇ ਦੇ ਜਿਹੜੇ ਘਰ ਚਾਹ ਦੀ ਚਾਹ ਗਰਮ ਚਾਹ ਆਈ ਐਫ ਬੈਕ ਕਿਸੇ ਨੇ ਸਮੋਸੇ ਪਕੌੜੇ ਕਰ ਲੈ ਕੇ ਜਾ ਰਿਹਾ ਜੀ ਪਕੌੜੇ ਚੂਰੇ ਹੀ ਹੈ ਮੱਥੇ ਦੀ ਸਮੋਸੇ ਪਕੌੜੇ ਦਾ ਲੰਗਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਮੋਸੇ ਦਾ ਲੰਗਰ ਲੈ ਕੇ ਜਾਣਾ ਕਿਸੇ ਨੇ ਸਮੋਸਿਆਂ ਦਾ ਲੰਗਰ ਪੀਲੇ ਚਾਵਲਾਂ ਦਾ ਲੰਗਰ ਵੀ ਹੈਗਾ ਜੀ ਮਿੱਠੇ ਚਾਵਲਾਂ ਦਾ ਯਾਰ ਕੋਈ ਵੀ ਨਹੀਂ ਆ ਰਿਹਾ ਇਹ ਤਾਂ ਬੇਇੱਜ਼ਤੀ ਹੋ ਗਈ ਗਰਮ ਚਾਹ ਸਮੋਸੇ ਮਿੱਠੇ ਚੌਲ ਦਾ ਲੰਗਰ ਜੀ ਕੋਕ ਦਾ ਵੀ ਹੈਗਾ ਠੰਡੀ ਕੋਕ ਮਿੱਠੀ ਚਾਹ ਸਮੋਸੇ ਮਿੱਠੇ ਚੌਲ ਨਹੀਂ ਕੋਕ ਠੰਡੀ ਹੈ ਯਾਰ ਠੰਡੀ ਹੈ ਕੋਕ ਹਵਾ ਠੰਡੀ ਹੈ ਜੀ ਚਾਹ ਨਹੀਂ ਦੇਣੀ ਕਰ 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 ਤੇ ਰਿਕਾਰਡਿੰਗ ਹੋ ਰਹੀ ਕਰ ਲੈ ਲੋ ਜੀ ਸੰਗਤਾਂ ਕਰ ਰਹੀ ਹੈ ਹੁਣ ਰੈਪ ਅਪ ਸੋ ਆਰ ਵੀ ਦ ਵੇ ਦੀਸ ਗਾਇਜ਼ ਆਰ ਸੋ ਫੋਕਸਡ ਸੋ ਡੈਡੀਕੇਟਿਡ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਸੰਗਤਾਂ ਹਾਲੇ ਵੀ ਸੇਵਾ ਕਰ ਰਹੀ ਹੈ ਔਰ ਭਾਂਡਿਆਂ ਦੀ ਰੈਕਸ ਦੀ ਭਾਜੀ ਆ ਵਾਲੇ ਚੱਲੂਗੇ ਚੱਲੂਗੇ ਠੀਕ ਹੈ ਲੋ ਜੀ ਆਹ ਦੇਖੋ ਜੀ ਸ਼ੂ ਰੱਖ ਹੋ ਰਿਹਾ ਹੁਣ ਇਸ ਟਾਈਮ ਇੱਥੇ ਡੀ ਅਸੈਂਬਲ ਅਤੇ ਜਿਹੜੇ ਲੈਫਟ ਓਵਰ ਸੀਗਾ ਫੂਡ ਜੋ ਕਿ ਹਾਲੇ ਵੀ ਸੱਚਾ ਹੈਗਾ ਉਹ ਆਪਾਂ ਸੰਗਤਾਂ ਨੂੰ ਨਾਲ ਪਾ ਕੇ ਦੇ ਰਹੇ ਹਾਂ ਜਿਹੜੇ ਸਮੋਸੇ ਹੋ ਗਏ ਉਹ ਖਤਮ ਹੋ ਗਏ ਵਿੱਚ ਪਰਫੈਕਟ ਚਾਸ਼ਨੀ ਚਾਹੀਦੀ ਹੈ ਹਾਂਜੀ ਚਾਸ਼ਨੀ ਚਾਹੀਦੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ
ਬਾਹਰ ਹੋਣੇ ਗਰਾਜ ਘਰ ਹੋਣੇ ਹਾਂਜੀ ਬਿਲਕੁਲ ਪੂਰਾ ਭਰਦੇ ਪੂਰਾ ਭਰਦੇ ਆਪ ਖਾਲੀ ਕਰ ਲੈਂਦੇ ਦੇਖੇਗਾ ਪਾਪਾ ਦਾ ਸ਼ੇਰ ਪੁੱਤਰ ਹੈਂ ਉਬਰ ਦੁੱਧ ਮੈਂ ਲਿਆਉਣਾ ਖਤਮ ਹੋ ਗਿਆ ਲਿਆ ਵਾ ਉਬਰ ਇਸ ਇੰਡੀਆ ਦਾ ਬਲਿੰਕਿਟ ਹੈ ਨਾ ਬੰਦੇ ਦਾ ਪਾ ਦੇ ਕੁਛ ਮੰਗਾ ਲੈ ਹੈ ਆਰੋ ਜੀ ਅੱਗੇ ਪਾਸ ਕਰੀਓ ਤੂੰ ਡੀਕ ਲਾਈ ਜਾ ਹਲਕਾ ਹਲਕਾ ਸਿਪ ਸਿਪ ਲਈ ਜਾ ਨਹੀਂ ਫਿਰ ਜੇ ਮੇਰਾ ਖਤਮ ਹੋ ਗਿਆ ਮੈਨੂੰ ਦੁੱਧ ਲੈ ਕੇ ਆਣਾ ਪੜਾ ਹਾਂਜੀ ਦੇਖੋ
ਕਿਹਨੇ ਪੀ ਕੇ ਪਹਿਲਾਂ ਕਿਹਨੇ ਪੀ ਕੇ ਹਟ ਕੇ ਉਹ ਦੇ ਹੋ ਰਿਹਾ ਡਨ ਮੈਂ ਲੈ ਜਾਣਾ ਮੈਂ ਲਿਆ ਦੁੱਧ ਲੈ ਕੇ ਆਣਾ ਬਿਮਾਰੀਆਂ ਹਾਂਜੀ 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 ਹਰਪ੍ਰੀਤ ਸਿੰਘ ਉਹਨਾਂ ਕੋਲ ਹੋਏਗਾ ਮੈਂ ਤੁਹਾਡੀ ਗੱਲ ਵੀ ਕਰਦਾ ਸੇਵਾ ਦਾ ਉਹ ਜਿਹੜੀ ਉਹ ਲੱਭ ਗਿਆ ਸੀਗਾ